इलाका केड़ा अपना तंतर टॉर्नी 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 टॉर्नी। हां जी जी, होर की हाल चाल, स्वागत है ਤੁਹਾਡਾ ਮੇਰੇ ਨਵੇਂ ਬਲੌਗ ਵਿੱਚ। ਤੇ ਬਰੋ ਮੈਂ ਸੋਖਾ ਜਾ ਰਿਹਾ ਤੇ ਬਹੂ ਇੰਡ ਜੋ ਕਿ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ। ਤੇ ਬਰੋ ਸੁੱਖ ਨੇ ਮੈਂ ਤੇਰੇ ਨਾਂ ਨੂੰ ਲਿਆ ਸੀ ਤੇ ਮਹਾਂ ਚੱਲੋ ਨਹਾਉਣ ਤੋਂ ਬਾਅਦ ਹੀ ਸ਼ੂਟ ਕਰਾਂਗੇ ਤੇ ਬਲੌਗ ਸਟਾਰਟ ਮਤਲਬ ਕਰਾਂਗੇ। ਤੇ ਸੁਰਾਇਆ ਨੇ ਬਾਅਦ ਅਗਲਾ ਕਹਿੰਦਾ ਮਿੰਟ ਮਿੰਟ ਬਹਿ ਜਾ ਆਪਾਂ ਚੱਲੀ ਹੁਣ। ਤੇ ਮੈਂ ਫਿਰ ਹੁਣ ਮੋਟਰਸਾਈਕਲ ਦੇ ਉੱਤੇ ਸਟਾਰਟ ਕੀਤਾ ਹੈ। ਤੇ ਚਲੋ ਹੁਣ ਆਪਾਂ ਚੱਲਦੇ ਹਾਂ। ਭਿੱਖੀ ਮਿੰਟ 'ਚ ਐਂਟਰ ਹੋਣ ਵਾਲੇ ਹਾਂ। ਆਹ ਸਾਹਮਣੇ ਭਿੱਖੀ ਮਿੰਟ ਵਾ, ਇੱਥੋਂ ਅੱਗੇ ਬਰੋ 2-3 ਕਿਲੋਮੀਟਰ ਅੱਗੇ ਬਹੁ ਮਿੰਟ ਵਾ। ਅਤੇ ਚੱਲੋ ਬਰੋ ਹੁਣ ਥੋੜ੍ਹੇ ਸਮੇਂ ਨੂੰ ਆਪਾਂ ਪਹੁੰਚ ਜਾਣਾ ਹੈ। ਹਾਂਜੀ ਬਰੋ, ਹੁਣ ਆਪਾਂ ਇੱਥੇ ਰੁਕੇ ਹਾਂ ਤੇਲ ਪਾਉਣ ਲਈ। ਚੱਲੋ ਬਰੋ ਤੇਲ ਪੈ ਗਿਆ ਹੈ, ਚੱਲੋ ਹੁਣ ਚੱਲਦੇ ਬਰੋ। ਆਹ ਵਾ ਬਰੋ ਪਾਮ ਗਾਰਡਨ ਪੈਲਸ, ਬਹੁਤ ਮਸ਼ਹੂਰ ਪੈਲਸ ਵਾ ਬਰੋ ਭਿੱਖੀ ਮਿੰਟ ਦੇ ਵਿੱਚ। ਪਾਮ ਗਾਰਡਨ ਮਹਿੰਗਾ ਵੀ ਬਹੁਤ ਆ ਅਤੇ ਵਧੀਆ ਵੀ ਬਹੁਤ ਆ ਬਰੋ। ਇਹ ਕਹਿੰਦੇ ਬਰੋ ਆਪਾਂ ਤੁਹਾਨੂੰ ਅੰਦਰੋਂ ਦਿਖਾਵਾਂਗੇ, ਪੈਲਸ ਬਹੁਤ ਵਧੀਆ। ਬਰੋ ਭਿੱਖੀ ਮਿੰਟ ਜਾ ਕੇ ਆ ਦੇਖੋ, ਦੇਖੋ ਬਰੋ ਖੇਮ ਕਰਨ ਖਾਲਸਾ ਅੰਮ੍ਰਿਤਸਰ ਪਾਸਟ ਹੈ ਪਿੰਡ ਭਿੱਖੀ ਮਿੰਟ ਦਾ। ਦੇਖੋ ਬਰੋ, ਹਾਂਜੀ ਬਲੋ ਬਹੁ ਮਿੰਟ ਆ ਗਏ ਆ। ਦੇਖੋ ਬਰੋ ਆ ਗੇਟ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ। ਅਤੇ ਆਪਾਂ ਬਰੋ ਉੱਥੋਂ ਦੀ ਜਾਂਦੇ ਹਾਂ ਹਵੇ ਆਉਂਦੀ, ਅਤੇ ਚੱਲੋ ਬਰੋ ਆਪਾਂ ਚੱਲਦੇ ਉੱਧਰ। ਹਾਂਜੀ ਬਰੋ ਆਹ ਗੇਟ ਬਣਦੇ ਆ ਹਾਲੇ। ਆਪਾਂ ਬਰੋ ਫਾਈਨਲੀ ਪਹੁੰਚ ਚੁੱਕੇ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਿੰਡ। ਦੇਖੋ ਬਰੋ ਆਹ ਬਰੋ ਪਾਰਕਿੰਗ ਹੈ। ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ। ਚਲੋ ਬਰੋ ਬਾਕੀ ਆਪਾਂ ਤੁਹਾਨੂੰ ਅੰਦਰ ਚੱਲ ਕੇ ਦਿਖਾਉਂਦੇ ਹਾਂ। ਹਾਂਜੀ ਬਰੋ, ਆਪਾਂ ਨੇ ਇੱਥੇ ਬਾਈਕ ਪਾਰਕਿੰਗ 'ਤੇ ਲਗਾਤੀ ਆ, ਤੁਹਾਨੂੰ ਸੁੱਖ ਲਾਓ ਕਰਕੇ ਆਵੇਗਾ ਮੋਟਰਸਾਈਕਲ। ਦੇਖੋ ਬਰੋ ਆ ਦਰਬਾਰ ਦੇ ਬਾਹਰਲੇ ਪਾਸੇ ਬਣਿਆ। ਚਲੋ ਬਰੋ ਹੁਣ ਆਪਾਂ ਚੱਲਦੇ ਹਾਂ ਅੰਦਰ ਮੱਥਾ ਟੇਕਣ। ਤੁਹਾਨੂੰ ਆਪਾਂ ਨਕਸ਼ਾ ਵੀ ਦਿਖਾਉਂਦੇ ਹਾਂ, ਨਕਸ਼ਾ ਬਣਿਆ ਸਾਰੇ ਗੁਰਦੁਆਰੇ ਦਾ। ਦੇਖੋ ਬਰੋ ਹਾਂਜੀ ਬਰੋ, ਹੁਣ ਆਪਾਂ ਮੱਥਾ ਟੇਕ ਲਿਆ ਅਤੇ ਹੁਣ ਆਪਾਂ ਚੱਲੇ ਹਾਂ ਲੰਗਰ ਹਾਲ ਵਿੱਚ। ਚੱਲੋ ਬਰੋ ਚੱਲਦੇ ਹਾਂ। ਉੱਥੋਂ ਬਰੋ ਆਪਾਂ ਹੁਣ ਬਰਤਨ ਲਵਾਂਗੇ, ਰੱਖ ਲਓ ਇੱਧਰ ਰੱਖ। ਦੇਖੋ ਬਰੋ ਕਿੰਨਾ ਵੱਡਾ ਲੰਗਰ ਹਾਲ ਹੈ। ਹਾਂਜੀ ਬਰੋ, ਹੁਣ ਆਪਾਂ ਪ੍ਰਸ਼ਾਦਾ ਛਕ ਲਿਆ ਹੈ ਅਤੇ ਹੁਣ ਚਲੋ ਆਪਾਂ ਇੱਧਰ ਥੋੜ੍ਹਾ ਜਾਂਦੇ ਹਾਂ ਤੁਹਾਨੂੰ ਫਿਰ। ਹਾਂਜੀ ਬਰੋ, ਹੁਣ ਆਪਾਂ ਦੇਖ ਲਿਆ ਮੱਥਾ ਅਤੇ ਸੁੱਖ ਬਾਈਕ ਲੈਣ ਕੇ ਆਏ ਆਵੇ, ਅਤੇ ਹੁਣ ਆਪਾਂ ਚੱਲਾਂਗੇ ਸਿੱਧਾ ਘਰ ਨੂੰ। ਸਬਜ਼ੀ ਲੈਣੀ ਹੈ ਕਹਿੰਦੇ ਜਾਂਦੇ ਹਾਂ ਅਤੇ ਸਬਜ਼ੀ ਲਵਾਂਗੇ ਆਪਾਂ। ਹਾਂਜੀ ਬਰੋ, ਹੁਣ ਆਪਾਂ ਗੁਰਦੁਆਰੇ ਵਿੱਚ ਆ ਗਿਆ, ਬਾਹਰ ਹੁਣ ਆਪਾਂ ਗਿਆ ਅਤੇ ਹੁਣ ਆਪਾਂ ਬਾਜ਼ਾਰ ਵਿੱਚ ਰੁਕਾਂਗੇ ਸਬਜ਼ੀ ਲੈਣੀ ਹੈ। ਹਾਂਜੀ ਬਰੋ, ਹੁਣ ਆਪਾਂ ਆ ਗਏ ਹਾਂ ਸਬਜ਼ੀ ਵਾਲੀ ਦੁਕਾਨ 'ਤੇ। ਹੁਣ ਦੇਖੋ ਸੁਖਰਾਜ ਕਿਹੜੀ ਸਬਜ਼ੀ ਲਿਆਉਂਦਾ ਆਪਦੇ ਮਨਪਸੰਦ ਦੀ। ਹਾਂਜੀ ਬਰੋ, ਹੁਣ ਸੁੱਖ ਨੇ ਲਿਆਵਾਂ ਗਾਜਰਾਂ ਅਤੇ ਹੁਣ ਆਪਾਂ ਬਰੋ ਸਿੱਧਾ ਦਿਆਲਪੁਰ ਅਤੇ ਉੱਥੇ ਰੁਕਣਾ ਅਤੇ ਬਾਅਦ ਸਿੱਧਾ ਘਰ ਚੱਲਾਂਗੇ। ਅਤੇ ਚੱਲੋ ਬਰੋ ਚੱਲਦੇ ਹਾਂ।
हाँ जी ब्रो हूँ आप पहुँच गए हैं दयालपुर। हाँ देखो ब्रो आ सामने दयालपुर तुम ब्रो आप दुकान से लगे हेडफोन लेने इन्हें तो फिर आप जाए कुलचे वाली दुकान से। हाँ जी ब्रो आप आ गए दुकान से हम अगर दुकान है तो चलो आप चलते हैं। हाँ जी ब्रो हूँ सुख नहीं लाया आई 12 हेडफोन ब्लूटूथ तो हूँ चलो ब्रो कुलचे तो वेने ब्रो वैसे तो रजे मैं वेने खाना कहीं होना। हाँ जी ब्रो हूँ आप खा लिया कुलचा तो हम आप जा रहे हैं घर तो ब्रो एक बजे लगा आप 10 बजे आए थे घरों तो ड्राइव कर रहे पर ड्राइवर रखा पूरा चोटी का तो चलो ब्रो आप चलते हैं। हाँ जी ब्रो हूँ आप आ गए पेंट के बच्चे हूँ आप देने आए तो हम आप घर जा के घर चलते चलो चलते आप घर। हाँ जी ब्रो हूँ आप पहुँच गए घर सुख भी अपने घर चलें चलो ब्रो मैं भी चलता अपने घर तो ब्रो अज के ब्लॉग में आप इतने ही समाप्त करते हैं मिलते हैं जल्दी नैक्सट ब्लॉग में। थैंक्स फॉर वॉचिंग ट्रिक है एक तो लाइक और शेयर ठोक दीजिए महाकाल का दबा कर लाइक और शेयर ठोक दीजिए 5000 लौटे दिख जाना चाहिए ये 4000 के लिए मैं यहाँ पे नहीं खड़ा हूँ पूरा साल मेहनत करता हूँ आपके लिए बेटा ऐसा नहीं चलेगा लाइक ठोकी दबा के।